ਰੇਲਵੇ ਸੁਰੱਖਿਆ ਬਲ ਯਾਨੀ ਆਰਪੀਐਫ ਨੇ ਪਿਛਲੇ 7 ਸਾਲਾਂ ਦੌਰਾਨ ਆਪਰੇਸ਼ਨ ਨੰਨੇ ਫਰਿਸ਼ਤੇ ਤਹਿਤ 84119 ਬੱਚਿਆਂ ਨੂੰ ਬਚਾਇਆ ਹੈ। ਰੇਲ ਮੰਤਰਾਲੇ ਅਨੁਸਾਰ ਨੰਨੇ ਫਰਿਸ਼ਤੇ ਵੱਖ-ਵੱਖ ਭਾਰਤੀ ਰੇਲਵੇ ਜ਼ੋਨਾਂ ਵਿੱਚ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਨੂੰ ਬਚਾਉਣ ਲਈ ਇੱਕ ਸਮਰਪਿਤ ਮਿਸ਼ਨ ਹੈ। ਮੰਤਰਾਲੇ ਨੇ ਕਿਹਾ ਕਿ ਬਚਾਏ ਗਏ ਬੱਚਿਆਂ ਨੂੰ ਜ਼ਿਲ੍ਹਾ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ ਜੋ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੰਦੀ ਹੈ। ਬਚਾਏ ਗਏ ਬੱਚਿਆਂ ਵਿੱਚ ਘਰੋਂ ਪੱਜਣ ਕਰਨ ਵਾਲੇ ਲਾਪਤਾ ਬੇਸਹਾਰਾ ਅਗਵਾ ਕੀਤੇ ਮਾਨਸਿਕ ਤੌਰ ਤੇ ਕਮਜ਼ੋਰ ਅਤੇ ਦਿਵਿਆੰਗ ਬੱਚੇ ਸ਼ਾਮਿਲ ਨੇ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਮਈ ਤੱਕ ਆਰਪੀਐਫ ਨੇ 4607 ਬੱਚਿਆਂ ਨੂੰ ਬਚਾਇਆ ਹੈ ਜਦਕਿ ਪਿਛਲੇ ਸਾਲ 11794 ਬੱਚਿਆਂ ਨੂੰ ਇਸ ਆਪਰੇਸ਼ਨ ਤਹਿਤ ਬਚਾਇਆ ਗਿਆ ਸੀ